ਪੰਜਾਬੀ ਨੈਸ਼ਨਲ ਟੀਵੀ ਤੇ ਖਬਰਾਂ ਦੇ ਬਲਟਿਨ ਚ ਆਪ ਸਭ ਦਾ ਸਵਾਗਤ ਪਹਿਲਾਂ ਅੱਜ ਦੀਆਂ ਚੋਣੀਆਂ ਖਬਰਾਂ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਮਿਲੀ ਮਨਜ਼ੂਰੀ ਦਿੱਲੀ ਚ ਸਰਕਾਰ ਨੇ ਆਕਸੀਜਨ ਸਪਲਾਈ ਨੂੰ ਲੈ ਕੇ ਕੀਤਾ ਐਲਾਨ ਬਾੜੀ ਤੋਂ ਵਿਲੇ ਹੋਏ ਕਿਸਾਨਾਂ ਨੇ ਮੜਕਤੀਆਂ ਦਿੱਲੀ ਬਲ ਵਹੀਰਾ 7ਵੀਂ ਪ੍ਰਗਿਆ ਦੇ ਵਿਗੜੇ ਬੋਲ ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਨੇ ਭਾਰਤ ਦਾ ਪੱਖ ਪੂਰਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡੀਅਨ ਡਰੱਗ ਰੈਗੂਲੇਟਰ ਹੈਲਥ ਕੈਨੇਡਾ ਨੇ 12 ਤੋਂ 15 ਸਾਲ ਦੇ ਬੱਚਿਆਂ ਨੂੰ ਟੀਕਾ ਲਗਵਾਉਣ ਦੀ ਆਗਿਆ ਦਿੱਤੀ ਹੈ ਪਹਿਲਾਂ ਇਹ ਟੀਕਾ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਇਸ ਤਰ੍ਹਾਂ ਕੈਨੇਡਾ ਬੱਚਿਆਂ ਲਈ ਟੀਕਾ ਕਰਨ ਦੀ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਅਮਰੀਕਾ ਵਿੱਚ ਵੀ ਫਾਈਜ਼ਰ ਬਾਇਓਨਟੈਕ ਤੋਂ ਛੇਤੀ ਹੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਕਰੋਨਾ ਟੀਕਾ ਲਗਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਫਾਈਜ਼ਰ ਦੇ ਟੀਕੇ ਦਾ ਬੱਚਿਆਂ ਤੇ ਟ్రਾਇਲ ਜਨਵਰੀ ਅਤੇ ਮਾਰਚ ਦੇ ਵਿਚਾਲੇ ਹੋਏ ਸੀ ਇਸੇ ਦਰਮਿਆਨ ਟੀਕਾ ਨਿਰਮਾਤਾ ਨੇ ਦੱਸਿਆ ਕਿ ਉਸ ਦਾ ਟੀਕਾ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਸੀ ਇਸ ਦੀ ਪ੍ਰਭਾਵਸ਼ੀਲਤਾ 100% ਸਾਬਤ ਹੋਈ ਹੈ ਉੱਧਰ ਅਮਰੀਕਾ ਵਿੱਚ ਵੀ ਫਾਈਜ਼ਰ ਤੋਂ ਇਲਾਵਾ ਮੋਡਰਨਾ ਅਤੇ ਜான்ਸਨ ਅਤੇ ਜான்ਸਨ ਦੇ ਟੀਕੇ ਦੇ ਬੱਚਿਆਂ ਚ ਟ్రਾਇਲ ਵੀ ਕੀਤੇ ਜਾ ਰਹੇ ਨੇ ਮੋਡਰਨਾ ਦੇ ਟੀਕੇ ਦੀ ਅਜਮਾਇਸ਼ ਦੇ ਨਤੀਜੇ ਜੂਨ ਵਿੱਚ ਆਉਣ ਦੀ ਉਮੀਦ ਹੈ ਉਸ ਸਮੇਂ ਜான்ਸਨ ਅਤੇ ਜான்ਸਨ ਟੀਕੇ ਦੇ ਨਤੀਜੇ ਇਸ ਤੋਂ ਬਾਅਦ ਆਉਣਗੇ ਯਾਨੀ ਸਾਲ ਦੇ ਅੰਤ ਤੱਕ ਦੋ ਕੰਪਨੀਆਂ ਦੀਆਂ ਟੀਕੇ ਸਾਰੇ ਬੱਚਿਆਂ ਨੂੰ ਉਪਲਬਧ ਹੋ ਸਕਦੇ ਨੇ कोरोना महामारी ਦੇ ਵਿਚਾਲੇ ਆਕਸੀਜਨ ਦੀ ਕਾਰਟ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅੱਜ ਫਿਰ ਸੁਣਵਾਈ ਕੀਤੀ ਗਈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਆਉਣੀ ਬਾਕੀ ਹੈ। ਅਜਿਹੀ ਸਥਿਤੀ 'ਚ ਦਿੱਲੀ ਵਿੱਚ ਆਕਸੀਜਨ ਦਾ ਸੰਕਟ ਨਹੀਂ ਹੋਣਾ ਚਾਹੀਦਾ। ਇਹ ਵੀ ਆਖਿਆ ਗਿਆ ਕਿ ਵਿਗਿਆਨੀ ਕੋਰੋਨਾ ਦੀ ਤੀਜੀ ਲਹਿਰ ਬਾਰੇ ਗੱਲ ਕਰ ਰਹੇ ਨੇ। ਇਸ 'ਚ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਲਈ ਇਸ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਦੀ ਲੋੜ ਹੈ। ਟੀਕਾਕਰਨ ਮੁਹਿੰਮਾਂ ਬਾਰੇ ਬੱਚਿਆਂ ਲਈ ਵੀ ਸੋਚਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਦੇਸ਼ ਭਰ ਵਿੱਚ ਆਕਸੀਜਨ ਸਪਲਾਈ ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ ਇਹ ਵੀ ਆਖਿਆ ਕਿ ਆਕਸੀਜਨ ਦੇ ਆਡਿਟ ਕਰਨ ਦੇ ਢੰਗ ਅਤੇ ਇਸ ਦੇ ਨਿਰਧਾਰਨ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਨੇ ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਭਾਰਤ ਵਿੱਚ ਪਿਛਲੇ 24 ਘੰਟਿਆਂ ਚ 412269 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਇਸ ਦੇ ਨਾਲ ਹੀ 3980 ਮੌਤਾਂ ਦਰਜ ਕੀਤੀਆਂ ਗਈਆਂ ਨੇ ਇਸ ਦਰਮਿਆਨ ਕੇਂਦਰੀ ਬਲ ਸਰਕਾਰ ਨੇ ਦਿੱਲੀ ਦੇ ਹਸਪਤਾਲਾਂ ਦੇ ਵਿਗੜ ਰੇ ਹਾਲਾਤਾਂ ਅਤੇ ਆਕਸੀਜਨ ਦੀ ਕਾਟ ਦੇ ਵਿਚਕਾਰ ਕਰੋਨਾ ਮਹਾਮਾਰੀ 'ਚ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਆਖਿਆ ਕਿ ਕਰੋਨਾ ਦੇ ਮਰੀਜ਼ ਜਿਨ੍ਹਾਂ ਨੂੰ ਘਰ ਇਕੱਲਿਆਂ ਵਿੱਚ ਆਕਸੀਜਨ ਦੀ ਲੋੜ ਹੈ, ਉਹ ਸਰਕਾਰੀ ਵੈਬਸਾਈਟ delhi.gov.in ਤੇ ਅਪਲਾਈ ਕਰ ਸਕਦੇ ਨੇ। ਇਸ ਦੇ ਨਾਲ ਹੀ ਸਹੀ ਫੋਟੋ, ਆਈਡੀ, ਆਧਾਰ ਕਾਰਡ ਦੇ ਵੇਰਵੇ ਅਤੇ ਕਰੋਨਾ ਪੋਜ਼ਿਟਿਵ ਹੋਣ ਦੀ ਰਿਪੋਰਟ ਵੀ ਦੇਣੀ ਪਵੇਗੀ। कोरोना महामारी ਵਿਚਕਾਰ ਵਕਫਕ ਸੂਬਿਆਂ ਚ ਆਕਸੀਜਨ ਦੀ ਕਮੀ ਨਾਲ ਲੋਕਾਂ ਦੇ ਸਾਹ ਫੁੱਲ ਰਹੇ ਨੇ ਪੰਜਾਬ ਚ ਹਾਲੇ ਅਜੇ ਹੀ ਸਥਿਤੀ ਨਹੀਂ ਹੈ ਪਰ ਜਿਸ ਤਰ੍ਹਾਂ ਮਰੀਜ਼ ਵੱਧ ਰਹੇ ਨੇ ਉਹ ਡਰਾਉਣ ਵਾਲੀ ਹੈ ਆਕਸੀਜਨ ਨਾ ਮਿਲਣ ਨਾਲ ਸੂਬੇ ਚ ਕਿਸੇ ਦੀ ਜਾਨ ਨਾ ਜਾਵੇ ਇਸ ਲਈ ਗੁਰੂਕਰਾਂ ਚ ਕੋਰੋਨਾ ਮਰੀਜ਼ਾਂ ਲਈ ਸੰਜੀਵਨੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਬੇ ਦੇ 4 ਗੁਰਦੁਆਰਿਆਂ ਚ ਆਕਸੀਜਨ ਦਾ ਲੰਗਰ ਸ਼ੁਰੂ ਕਰਨ ਜਾ ਰਹੀ ਹੈ ਆਕਸੀਜਨ ਲੰਗਰ ਦੀ ਸ਼ੁਰੂਆਤ ਬੀਤੇ ਦਿਨੀ ਲੁਧਿਆਣਾ ਦੇ ਆਲਮਗੀਰ ਸਾਹਿਬ ਗੁਰਦੁਆਰੇ ਤੋਂ ਹੋਣੀ ਸੀ ਪਰ ਆਕਸੀਜਨ ਕਨਸੈਂਟਰੇਟਰ ਨਾ ਪੁੱਜਣ ਕਾਰਨ ਲੰਗਰ ਸ਼ੁਰੂ ਨਹੀਂ ਹੋ ਸਕਿਆ ਐਸੀਪੀਸੀ ਨੇ ਆਲਮਗੀਰ ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਬੈੱਡ ਅਤੇ ਹੋਰ ਸਾਰੀਆਂ ਸਹੂਲਤਾਂ ਇਕੱਠੀਆਂ ਕੀਤੀਆਂ ਨੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਚ ਆਕਸੀਜਨ ਕਨਸੈਂਟਰੇਟਰ ਪਹੁੰਚਦੇ ਹੀ ਲੰਗਰ ਸ਼ੁਰੂ ਕਰ ਦਿੱਤਾ ਜਾਪੇਗਾ ਲੁਧਿਆਣਾ ਤੋਂ ਇਲਾਵਾ ਦਮਦਮਾ ਸਾਹਿਬ ਤਲਵੰਡੀ ਸਾਬੋ ਪੁਲੱਥ ਦੇ ਇੱਕ ਗੁਰਦੁਆਰੇ ਤੇ ਪਟਿਆਲਾ ਦੇ ਮੋਤੀ ਬਾਗ ਸਥਿਤ ਗੁਰਦੁਆਰੇ ਵਿੱਚ ਵੀ ਆਕਸੀਜਨ ਦਾ ਲੰਗਰ ਮਈ ਦੇ ਅੰਤ ਤੱਕ ਸ਼ੁਰੂ ਕਰ ਦਿੱਤੇ ਜਾਣਗੇ ਹਾਲਾਂਕਿ ਦੇਰ ਸ਼ਾਮ ਕਸਟਮ ਵਿਭਾਗ ਨੇ ਐਸੀਪੀਸੀ ਨੁਮਾਇੰਦਿਆਂ ਨਾਲ ਆਕਸੀਜਨ ਕਨਸੈਂਟਰੇਟਰਾਂ ਬਾਰੇ ਸੰਪਰਕ ਕੀਤਾ ਹੈ ਤਾਂ ਉਮੀਦ ਹੈ ਕਿ 1-2 ਦਿਨਾਂ ਚ ਕਨਸੈਂਟਰੇਟਰ ਇੱਥੇ ਪਹੁੰਚ ਜਾਣਗੇ ਐਸਜੀਪੀਸੀ ਨੇ ਪਹਿਲੇ ਫੇਜ਼ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਜਿਵੇਂ ਕਿ ਦੁਬਈ ਕੈਲੀਫੋਰਨੀਆ ਰੂਸ ਨਿਊਜ਼ੀਲੈਂਡ ਤੋਂ 500 ਦੇ ਕਰੀਬ ਕਨਸੈਂਟਰੇਟਰ ਮੰਗਵਾਏ ਨੇ ਇਸ ਤੋਂ ਇਲਾਵਾ ਦੁਨੀਆ ਦੇ ਕੁਝ ਹੋਰ ਦੇਸ਼ਾਂ ਨਾਲ ਵੀ ਐਸਪੀਸੀ ਦੀ ਗੱਲ ਚੱਲ ਰਹੀ ਹੈ ਜਿੱਥੋਂ ਕਨਸੈਂਟਰੇਟਰ ਮੰਗਵਾਏ ਜਾ ਰਹੇ ਨੇ ਇਹ ਸਾਰੇ ਮਈ ਦੇ ਅੰਤ ਤੱਕ ਮਿਲ ਜਾਣਗੇ ਤੇ ਉਦੋਂ ਚਾਰੇ ਗੁਰਦੁਆਰਾ ਸਹਿਬਾਨਾਂ ਚ ਲੰਗਰ ਸ਼ੁਰੂ ਕਰ ਦਿੱਤਾ ਜਾਪੇਗਾ ਵਾਢੀ ਦਾ ਸੀਜ਼ਨ ਖਤਮ ਹੋਣ ਕੰਢੇ ਪੁੱਜ ਚੁੱਕਾ ਹੈ ਤੇ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਪੁੱਤਾ ਮੰਗ ਪਾਲੀ ਕਣਕ ਦੀ ਫਸਲ ਸਾਂਭ ਲਈ ਹੈ। ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ 5 ਮਹੀਨਿਆਂ ਤੋਂ ਬੈਠੇ ਕਿਸਾਨਾਂ ਚ ਵਾਰੋਵਾਰੀ ਕਿਸਾਨਾਂ ਨੇ ਵਾਢੀ ਦੇ ਸੀਜ਼ਨ ਦੌਰਾਨ ਆਪਣੇ ਘਰੀਂ ਵਾਪਸ ਆ ਕੇ ਕਣਕ ਦੀ ਵਾਢੀ ਦਾ ਕੰਮ ਸਿਰੇ ਲਾਇਆ ਹੈ। ਚੂਨੇ ਦਾ ਸੀਜ਼ਨ ਹਾਲੇ ਅਗਲੇ ਮਹੀਨੇ ਸ਼ੁਰੂ ਹੋਣਾ ਹੈ ਤੇ ਹੁਣ ਕਿਸਾਨਾਂ ਕੋਲ ਵੇਲ ਹੈ ਇਸ ਲਈ ਉਹਨਾਂ ਨੇ ਸਿੰਘੂ ਤੇ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਮੋੜ ਜਾਣ ਲਈ ਵਹੀਰਾਂ ਘੱਟ ਲੀਆਂ ਨੇ। ਬੀਤੇ ਦਿਨੀ ਜਲੰਧਰ ਅਮਰਿਤ ਦਰ ਹਾਈਵੇ ਤੋਂ ਕਰੀਬ 1 ਘੰਟੇ ਕਿਸਾਨੀ ਚੰਡਿਆਂ ਨਾਲ ਸਜੀਆਂ ਤੇ ਕਿਸਾਨਾਂ ਮਜ਼ਦੂਰਾਂ ਨਾਲ ਭਰੀਆਂ ਟਰੈਕਟਰ ਟਰਾਲੀਆਂ ਕਾਰਾਂ ਟੈਂਪੂ ਟ੍ਰੈਵਲਰ ਤੇ ਬੱਸਾਂ ਦਿੱਲੀ ਵੱਲ ਨੂੰ ਜਾ ਰਹੀਆਂ ਸਨ ਜਦੋਂ ਇਸ ਬੰਦੀ ਟਰਾਲੀਆਂ ਲੈ ਕੇ ਜਾ ਰਹੇ ਕਿਸਾਨਾਂ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਨੇ ਕਣਕ ਦੀ ਵਾਢੀ ਖਤਮ ਹੋ ਗਈ ਹੈ ਅਤੇ ਉਹ ਮੋੜ ਸੰਘਰਸ਼ ਵਿੱਚ ਪੁੱਜ ਕੇ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਤੋਂ ਇਲਾਵਾ ਆਪਣੀਆਂ ਹੋਰ ਹੱਕੀ ਮੰਗਾਂ ਮੰਨਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਹਿੱਸਾ ਲੈਣ ਲਈ ਜਾ ਰਹੇ ਨੇ ਤੇ ਨੀ ਦੇਰ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਦੱਸਣਾ ਬਣਦਾ ਹੈ ਕਿ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰੀਆਂ ਇਹਨਾਂ ਟਰੈਕਟਰ ਟਰਾਲੀਆਂ ਵਿੱਚ ਕਿਸਾਨਾਂ ਨੇ ਫਰਜਾਂ ਪੱਖੇ ਤੇ ਹੋਰ ਜ਼ਰੂਰੀ ਵਸਤੂਆਂ ਦਾ ਸਮਾਨ ਵੀ ਲੱਦਿਆ ਹੋਇਆ ਸੀ ਇਸ ਸਬੰਧੀ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਪੁਰਨਾ ਆਗੂਆਂ ਦੀ ਅਗਵਾਈ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਦਾ ਜੱਥਾ ਬਿਆਸ ਪੁੱਲ ਤੋਂ ਦਿੱਲੀ ਵੱਲ ਗਏ ਨੇ। ਕਰੀਬ 300 ਟਰੈਕਟਰ ਟਰਾਲੀਆਂ, ਕਾਰਾਂ, ਟੈਂਪੂ, ਟਰੈਵਲਰ ਤੇ ਬੱਸਾਂ ਵਾਲੇ ਇਸ ਕਾਫਲੇ 'ਚ ਬੀਬੀਆਂ ਦੀ ਪਰਮਿਸ਼ ਮੂਲੀਅਤ ਰਹੀ। ਇਹ ਅੰਦੋਲਨ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਾਉਣ ਤੱਕ ਜਾਰੀ ਰਹੇਗਾ। ਪੋਪਲਦੀ ਸੰਸਦ ਮੈਂਬਰ ਸਾਦਵੀ ਪ੍ਰਗਿਆ ਸਿੰਘ ਠਾਕੁਰ ਦੇ ਬੋਲ ਇੱਕ ਵਾਰ ਫੇਰ ਵਿਗੜੇ ਨੇ ਤੇ ਇਸ ਵਾਰ ਉਹਨਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਨਾਂ ਲਏ ਬਗੈਰ ਉਹਨਾਂ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਉਹਨਾਂ ਆਖੇ ਕਿ ਸੰਤਾਂ ਤੇ ਵੀਰਾਂ ਦੀ ਭੂਮੀ ਤੇ ਹੁਣ ਤਾਂ ਰਾਮ ਬੰਨਾ ਹੀ ਪਵੇਗਾ ਇਸ ਤੇ ਮਧ ਪ੍ਰਦੇਸ਼ ਕਾਂਗਰਸ ਦੇ ਜਨਰਲ ਗਕਤਰ ਕੇ ਕੇ ਮਿਸ਼ਰਾ ਨੇ ਕਿਹਾ ਕਿ ਮਧ ਪ੍ਰਦੇਸ਼ ਵਿੱਚ ਲੋਕਤੰਤਰ ਦੀ ਸੀਤਾ ਨੂੰ ਅਗਵਾ ਕਰਨ ਤੇ ਉਹ ਕੁਝ ਨਹੀਂ ਕਹਿੰਦੀ ਤਾਂ ਬਿਹਤਰ ਹੁੰਦਾ ਪ੍ਰਗਿਆ ਨੇ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਟਵੀਟ ਕਰਕੇ ਕਿਹਾ ਕਿ ਬੰਗਾਲ ਕਾਲ ਦੇ ਭਾਜਪਾ ਵਰਕਰਾਂ ਦੀ ਹੱਤਿਆ ਤੇ ਜ਼ਬਰ ਜਨਾ ਤੇ ਹੁਣ ਟਿੱਟ ਫੋਰ ਟੈਟ ਕਰਨਾ ਹੀ ਪਵੇਗਾ। ਰਾਸ਼ਟਰਪਤੀ ਸ਼ਾਸਨ ਤੇ ਐਨਆਰਸੀ ਬਸ ਇਹੀ ਹੱਲ ਹੈ। ਇਸ ਤੇ ਪਲਟ ਵਰਕਰ ਦੇ ਹੋਏ ਕੇਕੇ ਮਿਸ਼ਰਾ ਨੇ ਕਿਹਾ ਕਿ ਕਰੋਨਾ ਦੇ ਕੈਰਨਲ ਲਾਸ਼ਾਂ ਦੇ ਢੇਰ ਤੋਂ ਬੇਖਬਰ ਪ੍ਰਗਿਆ ਅਚਾਨਕ ਪ੍ਰਗਟ ਹੋਈ ਹੈ। ਉਹ ਵੀ ਬੰਗਾਲ ਵਿੱਚ ਮਮਤਾ ਬੇਨਰਜੀ ਨੂੰ ਲੈ ਕੇ ਇਸ ਤੋਂ ਚੰਗਾ ਇਹ ਹੁੰਦਾ ਕਿ ਉਹ ਦੱਸਦੀ ਕਿ ਪਪਾਲ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਤੇ ਕਰੋਨਾ ਦਾ ਕੀ ਹਾਲ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਮੋਲਕਨ ਬਵਾਜ਼ਗਿਰ ਨੇ ਕਸ਼ਮੀਰ ਮਸਲੇ ਤੇ ਭਾਰਤ ਦੇ ਰੁਖ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਤੇ ਪਾਕਿਸਤਾਨ 'ਚ ਇਹ ਮਸਲਾ ਗਲਬਾਤਰਾ ਹੀ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਮਸਲੇ ਨੂੰ ਇਸ ਤਰ੍ਹਾਂ ਨਾਲ ਹੱਲ ਕਰਨ ਲਈ 1972 ਵਿੱਚ ਦੋਵੇਂ ਦੇਸ਼ਾਂ 'ਚ Shimla ਸਮਝੌਤਾ ਹੋ ਚੁੱਕਾ ਹੈ। ਇਸ ਲਈ ਹੁਣ ਕਿਸੇ ਤੀਜੇ ਧਿਰ ਦੀ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ। ਬੌਜਗਿਰ ਨੇ ਇਹ ਗੱਲ ਕਸ਼ਮੀਰ ਮਸਲੇ ਤੇ ਪੁੱਛੇਗੀ ਇੱਕ ਸਵਾਲ ਦੇ ਜਵਾਬ ਚਾਹੀਏ ਉਹਨਾਂ ਕਹਿ ਕਿ ਜੰਮੂ ਕਸ਼ਮੀਰ ਮਸਲੇ ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਸੁਰੱਖਿਆ ਪ੍ਰੀਸ਼ਦ ਦੇ ਸੰਕਲਪਾ ਮੁਤਾਬਿਕ ਤੈ ਹੋਵੇਗੀ 1972 ਵਿੱਚ ਦੋਵੇਂ ਦੇਸ਼ਾਂ ਚ ਹੋਇਆ ਸ਼ਿਮਲਾ ਸਮਝੌਤਾ ਬਹੁਤ ਹੀ ਮਹੱਤਵਪੂਰਨ ਹੈ ਤੇ ਇਸ ਵਿੱਚ ਸਪਸ਼ਟ ਆਖਿਆ ਗਿਆ ਕਿ ਜੰਮੂ ਕਸ਼ਮੀਰ ਮਸਲਾ ਦੋਵੇਂ ਦੇਸ਼ਾਂ ਚ ਸ਼ਾਂਤੀਪੂਰਨ ਢੰਗ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ ਬੌਜਗਿਰ ਤੁਰਕੀ ਦੇ ਰਾਜਨੀਤਿਕ ਆਗੂ ਨੇ ਤੋਂ 2020 ਤੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਤੌਰ ਤੇ ਕੰਮ ਕਰ ਰਹੇ ਨੇ ਤੇਜ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਚਾਹੁੰਦੇ ਆ ਧੰਨਵਾਦ